ਤੁਹਾਡੀ ਬੇਟੀ ਕਹਿੰਦੀ ਹੈ ਕਿ ਮੇਰਾ ਸੱਕਾ ਪਿਓ ਮੇਰੇ ਨਾਲ 2 ਸਾਲ ਜ਼ਿਨਾ ਕਰਦਾ ਰਿਹਾ ਅੱਗੋਂ ਆਸਫ ਦਾ ਭਾਈ ਹੈ ਬਲਾਲ ਦਾ ਭਾਈ ਹੈ ਆਸਫ ਅੱਛਾ ਇਹਨਾਂ ਜਾਂ ਸਾਖਤੀ ਸਬੀਰਾਂ ਫੜੇ ਗਏ ਟੈਚ ਮੋਬਾਈਲ ਫੜਿਆ ਗਿਆ ਅੱਛਾ ਇਹ ਮੇਰੇ ਗੱਲ ਪੈ ਚੌਂਕ 'ਚ ਮੋਬਾਈਲ ਖਿੱਚਿਆ ਗਿਆ ਮੇਰੇ ਲਿਸ਼ਮਾ ਦੀਆਂ ਅਤੇ ਆਸਫ ਦੀਆਂ ਤੁਹਾਡੀ ਬੇਟੀ ਦੀਆਂ ਅਤੇ ਉਸ ਆਸਮ ਦੀਆਂ ਆਸਫ ਦੀਆਂ ਆਸਫ ਦੀਆਂ ਜੀ ਅੱਛਾ ਉਹ ਵਕੀਲ ਨੂੰ ਵਿਖਾਇਆ ਗਿਆ ਸੀ ਮੈਂ ਹੈ ਦੱਸਿਆ ਉਹਨੂੰ ਸਾਰਾ ਕੁਝ ਉਹਨੇ ਜੱਜ ਨੂੰ ਬਤਾਇਆ ਤਸਵੀਰਾਂ ਤੇਰੇ ਕੋਲ ਕਿਵੇਂ ਆਈਆਂ ਉਹ ਮੈਂ ਆਪਦੀ ਬੇਟੀ ਕੋਲ ਮੋਬਾਈਲ ਖੋਇਆ ਹੈ ਅਸਲਾਮ ਅਲੈਕੁਮ ਨਾਜ਼ਰੀਨ 42 ਐਚ ਡੀ ਟੀ ਵੀ ਕੇ ਸਾਥ ਮੈਂ ਹੂੰ ਆਪਕਾ ਹੋਸਟ ਉਮੈਰ ਅਲੀ ਨਾਜ਼ਰੀਨ ਇਸ ਵਕਤ ਮੈਂ ਡਿਸਟ੍ਰਿਕਟ ਸੈਸ਼ਨ ਕੋਰਟਸ ਕੇ ਬਾਹਰ ਮੌਜੂਦ ਹੂੰ ਇਹ ਆਪ ਮੇਰੇ ਅਕਮ ਮੇ ਸਜਾਵਲ ਖਾਨ ਐਡੀਸ਼ਨਲ ਜੋ ਸੈਸ਼ਨ ਜੱਜ ਹੈ ਉਨ ਕੀ ਅਦਾਲਤ ਦੇਖ ਰਹੇ ਹੈ ਕੁਛ ਹੀ ਦੇਰ ਮੇ ਇੱਕ ਫੈਸਲਾ ਆਨੇ ਵਾਲਾ ਹੈ ਕਿ ਇੱਕ ਬਾਪ ਜੋ 2 ਸਾਲ ਤੱਕ ਆਪਣੀ ਬੱਚੀ ਕੋ ਜ਼ਿਆਤੀ ਕਾ ਨਿਸ਼ਾਨਾ ਬਣਾਤਾ ਰਹਾ ਔਰ ਉਸ ਜ਼ਿਆਤੀ ਕੇ ਨਤੀਜੇ ਮੇ ਉਸ ਬੱਚੀ ਕੇ ਹਾਂ ਇੱਕ ਬੇਟੀ ਵੀ ਪੈਦਾ ਹੋਈ ਹੈ ਆਜ ਉਸ ਮੁਲਜ਼ਮ ਕੋ ਸਜ਼ਾ ਸੁਣਾਈ ਜਾਏਗੀ ਔਰ ਉਸ ਮੁਲਜ਼ਮ ਸੀ ਵੀ ਬਾਤ ਕਰਨੇ ਕੀ ਕੋਸ਼ਿਸ਼ ਕਰਨਗੇ ਕਿ ਉਸਨੇ ਹਲੋ ਹਲੋ ਠੀਕ ਹੈ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਨਾਮ ਤੁਹਾਡਾ ਲਤੀਫ ਲਤੀਫ ਕਿੱਥੋਂ ਦੇ ਰਹਿਣ ਵਾਲੇ ਹੋ ਮਾਨ ਵਸਤੇ ਅਦਾਲਤ 'ਚ ਜਿਹੜੀ ਤੁਹਾਨੂੰ ਸਜ਼ਾ ਹੋਈ ਹੈ ਕਿੰਨੀ ਹੋਈ ਹੈ 5 ਸਾਲ 5 ਸਾਲ ਕਿਸ ਚੀਜ਼ ਦੀ ਹੋਈ ਹੈ ਜ਼ਨਾ 'ਚ ਜ਼ਨਾ 'ਚ ਕਿਹਦੇ ਨਾਲ ਕੀਤਾ ਥਾ ਜੀ ਕੀਤਾ ਨਹੀਂ ਜੀ ਪਾਇਆ ਗਿਆ ਜੀ ਜ਼ਨਾ ਪਾਇਆ ਗਿਆ ਜੀ ਸਰ ਉਹ ਤੁਹਾਡੀ ਬੇਟੀ ਹੈ ਜਿਹਨੇ ਤੁਹਾਡੇ 'ਤੇ ਇਲਜ਼ਾਮ ਲਾਇਆ ਜੀ ਕਿੰਨੀਆਂ ਤੁਹਾਡੀਆਂ ਬੇਟੀਆਂ ਨੇ ਬੇਟੇ ਨੇ 4 ਬੇਟੀਆਂ ਨੇ ਜੀ ਮੇਰੀਆਂ ਕਿਹੜੀ ਐਸੀ ਨੋਬਤ ਸੀ ਕਿਉਂਕਿ ਕਿਹੜੀ ਐਸੀ ਰੀਜ਼ਨ ਸੀ ਜਿਹਦੀ ਵਜ੍ਹਾ ਤੋਂ ਤੁਹਾਡੀ ਉਸ ਬੇਟੀ ਨੇ ਹੀ ਤੁਹਾਡੇ 'ਤੇ ਇਲਜ਼ਾਮ ਲਾਇਆ ਕਿ ਮੇਰੇ ਸਕੇ ਬਾਪ ਨੇ ਮੇਰੇ ਨਾਲ ਜ਼ਨਾ ਕੀਤਾ ਛੋਟੀ ਮੇਰੀ ਬੇਟੀ ਬਲਾਲ ਦਾ ਬੇਟਾ ਲੈ ਗਿਆ ਕੱਢ ਤੇ ਅੱਛਾ ਬਲਾਲ ਕੌਣ ਹੈ ਬਲਾਲ ਹੀ ਮਦਈ ਬਣਿਆ ਵਿੱਚ ਅੱਛਾ ਇਹਨਾਂ ਨੂੰ ਮਾਵਾਂ ਧੀਆਂ ਨੂੰ ਹੀ ਪਤਾ ਸੀ ਇਹਨਾਂ ਨੂੰ ਮੈਂ ਕੁੱਟਿਆ ਮਾਰਿਆ ਇਹਨਾਂ ਨੇ ਮੇਰਾ ਪਰਚਾ ਕਰਾ ਦਿੱਤਾ ਪਰਚਾ ਕਰਾ ਦਿੱਤਾ ਜੀ ਤੁਹਾਡੀ ਬੇਟੀ ਕਹਿੰਦੀ ਹੈ ਕਿ ਮੇਰਾ ਸੱਕਾ ਪਿਓ ਮੇਰੇ ਨਾਲ 2 ਸਾਲ ਜ਼ਿਨਾ ਕਰਦਾ ਰਿਹਾ ਅੱਗੋਂ ਆਸਫ ਦਾ ਭਾਈ ਹੈ ਬਲਾਲ ਦਾ ਭਾਈ ਹੈ ਆਸਫ ਅੱਛਾ ਇਹਨਾਂ ਜਾਂ ਸਾਖਤੀ ਸਬੀਰਾਂ ਫੜੇ ਗਈਆਂ ਟੈਚ ਮੋਬਾਈਲ ਫੜਿਆ ਗਿਆ ਅੱਛਾ ਇਹ ਮੇਰੇ ਗੱਲ ਪੈ ਚੌਂਕ 'ਚ ਮੋਬਾਈਲ ਖਿੱਚਿਆ ਗਿਆ ਮੇਰੇ ਕੋਲੋਂ ਉਹ ਮੋਬਾਈਲ ਦੇ ਵਿੱਚ ਤਸਵੀਰਾਂ ਕਿਹੜੀਆਂ ਸੀ ਸਾਖਤੀ ਸਬੀਰਾਂ ਜੀ ਕਿੰਨੀਆਂ ਸੀ ਲਿਸ਼ਮਾ ਦੀਆਂ ਅਤੇ ਆਸਫ ਦੀਆਂ ਤੁਹਾਡੀ ਬੇਟੀ ਦੀਆਂ ਅਤੇ ਉਸ ਆਸਮ ਦੀਆਂ ਆਸਫ ਦੀਆਂ ਆਸਫ ਦੀਆਂ ਜੀ ਉਹ ਵਕੀਲ ਨੂੰ ਵਿਖਾਇਆ ਗਿਆ ਸੀ ਮੈਂ ਹੈ ਦੱਸਿਆ ਉਹਨੂੰ ਸਾਰਾ ਕੁਝ ਉਹਨੇ ਜੱਜ ਨੂੰ ਬਤਾਇਆ ਨਹੀਂ ਜੀ ਉਹ ਤਸਵੀਰਾਂ ਤੇਰੇ ਕੋਲ ਕਿਵੇਂ ਆਈਆਂ ਉਹ ਮੈਂ ਆਪਦੀ ਬੇਟੀ ਕੋਲ ਮੋਬਾਈਲ ਖੋਇਆ ਮੋਬਾਈਲ ਖੋਇਆ ਜੀ ਘਰੋਂ ਫੜਿਆ ਟੈਚ ਮੋਬਾਈਲ ਉਹਦਾ ਲਾਕ ਨਹੀਂ ਲੱਗਿਆ ਸੀ ਨਹੀਂ ਜੀ ਮੈਨੂੰ ਨਹੀਂ ਪਤਾ ਨਹੀਂ ਨਪਾੜ ਬੰਦਾ ਜੀ ਫਿਰ ਲਾਕ ਕਿਵੇਂ ਖੁੱਲਿਆ ਉਹ ਇਹਦੇ ਕੋਲੋਂ ਵੇਹਦੀ ਪਈ ਸੀ ਖੋਇਆ ਗਿਆ ਮੋਬਾਈਲ ਅੱਛਾ ਤੁਸੀਂ ਉਹ ਨੰਗੀਆਂ ਤਸਵੀਰਾਂ ਵੇਖੀਆਂ ਨੇ ਆਪਣੀ ਬੇਟੀ ਦੀਆਂ ਅਤੇ ਉਹਦੀਆਂ ਆਸਫ ਦੀਆਂ ਜੀ ਠੀਕ ਹੋ ਗਿਆ ਆਸਫ ਕੌਣ ਹੈ ਹੁਣ ਉਹ ਇਹਦੇ ਤਾਂ ਮੇਰੇ ਨਾਲ ਦੀ ਦਾ ਤਾਏ ਦਾ ਪੁੱਤਰ ਹੈ ਉਹ ਉਹਦੇ ਨਾਲ ਤੁਹਾਡੀ ਬੇਟੀ ਦਾ ਕੀ ਚੱਕਰ ਸੀ ਉਹਦੇ ਨਾਲ ਗਲਤ ਸੀ ਅੱਗੋਂ ਬਲਾਲ ਦਾ ਜਿਹੜਾ ਆਸਫ ਹੈ ਨਾ ਇਹ ਬਲਾਲ ਦਾ ਭਾਈ ਹੈ ਅੱਛਾ ਅੱਗੋਂ ਬਲਾਲ ਦਾ ਬੇਟਾ ਮੇਰੀ ਛੋਟੀ ਬੇਟੀ ਲਗਾਇਆ ਕੱਢ ਤੇ ਅੱਛਾ ਇਹ 1 ਮਹੀਨੇ ਦੇ ਵਿੱਚ ਵਕੂਆ ਹੋਇਆ ਜੀ ਚਲੋ ਇਹ ਤਾਂ ਸਾਰੀ ਗੱਲ ਸਮਝ ਅੰਦਰ ਆਉਂਦੀ ਹੈ ਕਿ ਤੁਹਾਡੀ ਬੇਟੀ ਗਲਤ ਹੈ ਤੁਸੀਂ ਸਹੀ ਹੋ ਠੀਕ ਹੈ ਤੁਹਾਡੀ ਜਿਹੜੀ ਬੀਵੀ ਉਹ ਵੀ ਤੁਹਾਡੇ ਖਿਲਾਫ ਹੈ ਉਹਦੀ ਕੀ ਵਜ੍ਹਾ ਹੈ ਇਹਨੂੰ ਨਾਲ ਕੁੱਟਿਆ ਮਾਰਿਆ ਨਾ ਇਹਨਾਂ ਦੋਵਾਂ ਨੂੰ ਪਤਾ ਸੀ ਸਹਿਮਾ ਗਲਤ ਤੇ ਇਹਨਾਂ ਮੈਨੂੰ ਬਤਾਇਆ ਨਹੀਂ ਕੁੱਟਿਆ ਮਾਰਿਆ ਇਹਨਾਂ ਨੂੰ ਨਹੀਂ ਤੇ ਉਹ ਤੁਸੀਂ ਆਪਦੀ ਬੀਵੀ ਨੂੰ ਵੀ ਮਾਰਿਆ ਬੱਚੀ ਨੂੰ ਵੀ ਮਾਰਿਆ ਤੁਹਾਡਾ ਜਿਹੜਾ ਟੋਟਲ ਖਾਨਦਾਨ ਹੈ ਨਾ ਜਿਹੜਾ ਤੁਹਾਡੀ ਬੀਵੀ ਦੇ ਰਿਸ਼ਤੇਦਾਰ ਨੇ ਸਾਰੇ ਤੁਹਾਡੇ ਖਿਲਾਫ ਨੇ ਇਸ ਗੱਲ ਦਾ ਤੁਹਾਨੂੰ ਪਤਾ ਨਹੀਂ ਜੀ ਤੁਹਾਡੇ ਖਿਲਾਫ ਨਹੀਂ ਉਹ ਕਿਸੇ ਕੋਈ ਪਿੰਡ ਮੇਰੇ ਖਿਲਾਫ ਗਵਾਹੀ ਦੇਣ ਨਹੀਂ ਕੋਈ ਆਇਆ ਜੀ ਗਵਾਹੀ ਫਿਰ ਤੁਹਾਨੂੰ ਸਜ਼ਾ ਕਿ ਫਿਰ ਜਿਹੜੀ ਬੱਚੀ ਪੈਦਾ ਹੋਈ ਹੈ ਤੁਹਾਡੀ ਬੇਟੀ ਦੇ ਘਰ ਬੱਚੀ ਪੈਦਾ ਹੋਈ ਨਾਜਾਇਜ਼ ਬੱਚੀ ਜ਼ਿਨਾ ਕਰਕੇ ਜਿਹੜੀ ਉਹ ਹਮਲਾ ਹੋਈ ਉਸ ਤੋਂ ਬਾਅਦ ਬੱਚੀ ਪੈਦਾ ਹੋ ਗਈ ਉਹ ਬੱਚੀ ਜਿਹੜੀ ਉਹ ਇਸ ਟਾਈਮ ਹੁੰਦੀ ਫਿਰ ਮੇਰੀ ਨਹੀਂ ਜਨਾਬ ਨੇ ਤੁਹਾਡੇ ਨਾਲ ਮੈਚ ਹੋਇਆ ਸਰ ਮੇਰਾ ਖੂਨ ਹੈ ਤੁਹਾਡਾ ਖੂਨ ਤੁਹਾਡੀ ਬੇਟੀ ਸੀ ਨਾ ਅੱਗੋਂ ਉਹਦੀ ਬੇਟੀ ਪੈਦਾ ਹੋਈ ਹੈ ਜੀ ਉਹਦੇ ਨਾਲ ਤੁਹਾਡਾ ਖੂਨ ਦਾ ਕੀ ਤਲਕ ਬਗਾਇਆ ਸਰ ਰੱਬ ਨੂੰ ਪਤਾ ਬਗਾਇਆ ਮੇਰੀ ਬੇਟੀ ਮੇਰਾ ਖੂਨ ਮੇਰਾ ਤੁਸੀਂ ਥਾਣੇ 'ਚ ਮੰਨਿਆ ਸੀ ਨਹੀਂ ਸਰ ਥਾਣੇ ਦੇ ਵਿੱਚ ਤੁਸੀਂ ਇਹ ਮੰਨਿਆ ਹੈ ਕਿ ਮੈਂ ਜ਼ਿਨਾ ਕੀਤਾ ਹੈ ਇਹ ਗੱਲ ਹਕੀਕਤ ਹੈ ਨਹੀਂ ਸਰ ਮੈਂ ਨਹੀਂ ਇਹ ਗੱਲ ਕੀਤੀ ਪੁਲਿਸ ਫਾਈਲ ਦੇ ਵਿੱਚ ਲਿਖਿਆ ਹੋਇਆ ਝੂਠ ਮਾਰਿਆ ਉਹਨਾਂ ਤੁਸੀਂ ਮੈਨੂੰ ਇਹ ਦੱਸੋ ਚਲੋ ਮੈਂ ਤੁਹਾਡੀ ਗੱਲ 'ਤੇ ਅਦਾਲਤ ਦੇ ਵਿੱਚ ਤੁਹਾਡੀ ਬੇਟੀ ਕੋਲ ਜੱਜ ਸਾਹਿਬ ਨੇ ਪੁੱਛਿਆ ਹੈ ਕਿ ਤੂੰ ਕੁਰਾਨ 'ਤੇ ਹੱਥ ਰੱਖ ਕੇ ਕਹਿੰਦੀ ਹੈ ਕਿ ਮੇਰੇ ਸਕੇ ਬਾਪ ਨੇ ਮੇਰੇ ਨਾਲ ਜ਼ਿਨਾ ਕੀਤਾ ਅਤੇ ਬੱਚੀ ਪੈਦਾ ਹੋਈ ਹੈ ਉਹਨੇ ਕਿਹਾ ਮੈਂ ਹੱਥ ਰੱਖ ਕੇ ਕਹਿਣ ਨੂੰ ਤਿਆਰ ਹਾਂ ਤੁਸੀਂ ਕਿਉਂ ਨਹੀਂ ਬੋਲੇ ਤੁਹਾਨੂੰ ਜੱਜ ਸਾਹਿਬ ਨੇ ਪੁੱਛਿਆ ਤੁਸੀਂ ਕੁਝ ਕਹਿਣਾ ਚਾਹੁੰਦੇ ਤੁਸੀਂ ਕਿਆ ਕੁਛ ਨਹੀਂ ਕਹਿਣਾ ਚਾਹੁੰਦੇ ਮੈਂ ਉਹਨੂੰ ਕਿਹਾ ਸਰ ਜੀ ਮੇਰੇ ਤੋਂ ਜੋ ਮੈਂ ਤੁਹਾਡੇ ਅੱਗੇ ਬਤਾਇਆ ਉਹ ਗੱਲ ਹੀ ਹੈ ਵਕੀਲ ਨੂੰ ਜੋ ਬਤਾਇਆ ਹੀ ਬਤਾਇਆ ਕੀ ਵਕੀਲ ਨੂੰ ਬਤਾਇਆ ਬਤਾਇਆ ਲਗਾਈਏ ਆਪਣੇ ਆਪਕਾ ਜੋ ਥਾਣੇ ਕੀ ਫਾਈਲ ਹੈ ਉਸਕੇ ਅੰਦਰ ਵੀ ਇਹ ਚੀਜ਼ ਹੈ ਕਿ ਆਪਨੇ ਜ਼ਿਨਾ ਕੀਆ ਔਰ ਉਸਕੇ ਬਾਅਦ ਅਗਰ ਆਪ ਸਹੀ ਥੇ ਆਪ ਗਲਤ ਨਹੀਂ ਥੇ ਆਪਨੇ ਆਪਣੀ ਬੱਚੀ ਕੇ ਸਾਥ ਜ਼ਿਨਾ ਨਹੀਂ ਕੀਆ ਤੋ ਅਦਾਲਤ ਕੇ ਅੰਦਰ ਆਪਨੇ ਇਹ ਕਿਉਂ ਨਹੀਂ ਫਿਰ ਜੱਜ ਸਾਹਿਬ ਕੇ ਸਾਹਮਣੇ ਇਹ ਬਾਤ ਰੱਖੀ ਕੀਤੀ ਸਰ ਮੈਂ ਅੱਜ ਨਹੀਂ ਕੀਤੀ ਪਹਿਲਾਂ ਕੀਤੀਆਂ ਅੱਜ ਤੋਂ ਕੇਸ ਦਾ ਫੈਸਲਾ ਹੋਣਾ ਥਾ ਨਾ ਅੱਜ ਕਰਨੀ ਸੀ ਅੱਜ ਕਿਉਂ ਕੀ ਬਾਤ ਕੀਤੀ ਆਪਨੇ ਮੈਨੂੰ ਉਹਨੇ ਪੁੱਛਿਆ ਬੇਟਾ ਆਪਕਾ ਸਵਾਲ ਅੱਛਾ ਆਪਕਾ ਕੋਈ ਮੈਂ ਕੋਈ ਸਵਾਲ ਨਹੀਂ ਮੇਰਾ ਹੈਗਾ ਜੀ ਕਿਉਂ ਨਹੀਂ ਹੈਗਾ ਜਦੋਂ ਤੁਸੀਂ ਸਹੀ ਸਾਜੇ ਗਲਤ ਹੈ ਹੀ ਨਹੀਂ ਤੁਸੀਂ
तो फिर तुम अपनी जहरी गल थोड़ी जिंदगी का फैसला हो रहा है थोड़ी उम्र उम्र कह तुम होंगी पी है तो कह रहे मेरे को सवाल नहीं है जो सर मैं कहना है पहला उही कहना है मैं हूँ की कह सकता एक इंसान को पता लगे कि मेरी सारी जिंदगी जेल च सड़ जानी मैं मर जाना उत्थे थोड़ी कितनी उम्र है सर 40-45 40-45 साल टोटल जी अजकल की उम्र है ना तकरीबन मेरे ख्याल 60-65 तक जाते बंद की वैसे बस हो जाए जी सर तो थोड़ा यही पता कि मेरी बाकी की उम्र सारी जेल च लंघ जानी है तू ये दिमाग के ख्याल नहीं आया कि मैं अपनी सफाई के कुछ बोला सर जी तो पहले ही सोचना पा रब इन्हें मौत दे दे वो चंगी है सकी धी ने इल्जाम ला दिता है कि बार मूह हम जोगे गए तुम फिर भी कहते जो मेरी साली है नहीं मेरी धी है सब कुछ लिखाया सकी धी है जी कोई शक तो नहीं है रिश्ते शादी तो थोड़ी जी वी बेटी है उनकी शादी हुई कि इन छोटी जी शादी छोटी निकलते गई शादी नहीं हुई निकल के गई जी अस उसके पुत्र नाल तुहाडी जिहड़ी बेटी है उहदा तुहाडी जिहड़ी वाइफ है उहदा तुहाडे नाल किस तरह का सलूक है सही सलूक रहा बस तुहाडे खिलाफ किवें हो छोटी बेटी जो गलत हुई इन्हां नूं पता सी दोवां मावां धीआं नूं तिना का एका सी इन्हां मेरे अगे बताया नहीं तां मैं इन्हां नूं मारिया कुड्डिया मेरे खिलाफ हो गई मां तो आपकी बेटी की मुहाफज हुंदी है बाप भी मुहाफज हुंदा है तो फिर वो किहड़ी ऐसी मां सी जिहनूं आपकी धी का पता सी वो गलत है तो फिर उहने तुहाडा साथ देण की बजाय उहदा साथ दित्ता मैं सर पुत्तरां तरां समझिया सी तो उन्होंने तो मैं गलत होना सी कोई पिंड दे विचों नहीं आया साढ़े इन खिलाफ मेरे कुछ हाथ देन नहीं आया कोई गवाही देन नहीं आया अदालत दे विच चीज़ साबित होगी ना जी सर तुसी मैनूं ये दसो कि बाप बेटी के रिश्ते दे विच कोई यकीन ना दी चीज़ रहेगी नहीं जी नहीं रहेगी तुसी सच्चे चे या झूठे खुदा जानता है लेकिन अदालत दे विच अदालत ने तुहानूं झूठा करार दिता है तुहानूं उम्र कैद हो गई है जदों ये लोग वेखण दे साढ़े जिन्हें भी पाकिस्तानी ने या ओवरसीज ने वो वेखण दे उन्हां दा बाप बेटी के रिश्ते ते यकीन रह जाता नहीं जी की कहना चाहते तुसी मैं की कहना चाहना जरा जहरी गल हूँ तुहाडी उम्र कैद ते हो गई है लेकिन तुसी की कहना चाहोगे अपने इंसाफ वास्ते या जो तुहाडे नाल होया है सर वेखा देखा मेरे मुर का कोई है नहीं पिछे तुहाडे भैन भरा कोई नहीं है मां प्यो फोत हो सारे फोत हो गए ने किन्ने भरा जी तुसी मशीरा है भरा किन्ने च कल्ला ही है कल्ला ही है हाँ जी वो कहती कि मेरे चाचू भी है ने उन्हां साथ देंदे तुसी कहंदे कल्ले कोई साथ जी जेल दा रिकॉर्ड पटालो मेरी मुलाकात नहीं अजे तक आई किसी ने मुलाकात नहीं की बेवारसी घटना पे 7 साल पहले जेल कट चुके हैं तो जी सर वो किवें सी मां प्यो जींदा सी कि जेल किवें कट्टी सी किस वजह तो जेल गया सर ड्राइवरी करने सर अच्छा गाड़ी थले बंदा आ गया है मर गया से जी सर जी नादरीन आपने ये मुलज़म मेरे साथ देखा है अदालत ने अभी इसको उम्र कैद की सज़ा सुनाई है इसके ऊपर एक इसकी बेटी ने इल्ज़ाम लगाया यह सच हकीकत है ये अल्लाह की ज़ात जानती है लेकिन इसके ऊपर ये चीज़ साबित हुई है कि इसने अपनी बेटी के साथ जिना किया है और जिना के बाद उस बेटी के हाँ एक बेटी पैदा हुई है अब ना तो उसका कोई बाप है किसका नाम उसको दिया जाएगा इस मुआशरे के अंदर वो इसकी जो बेटी है वो किस तरह ज़िंदगी गुजारेगी मज़ीद मैं इस पर कोई बात नहीं करना चाहता इसके साथ ही मैं इजाज़त चाहता हूँ अपने नाज़रीन से इसके साथ ही अपने मेज़बान उमर अली को इजाज़त दीजिए और देखते रहिए 42 HD TV अलानी की बात।